ਹਾਂਜੀ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਵਾਸਮਤੀ ਝੋਨੇ ਦੇ ਰੇਟ ਦੇ ਨਾਲ ਸਬੰਧਤ ਪੰਜਾਬ ਅਤੇ ਹਰਿਆਣਾ ਦੇ ਵਿੱਚ ਪੰਜਾਬ ਅਤੇ ਹਰਿਆਣਾ ਦੀਆਂ ਵੱਖ-ਵੱਖ ਮੰਡੀਆਂ ਵਿੱਚ ਵਾਸਮਤੀ ਝੋਨੇ ਦਾ ਰੇਟ ਕਿਸ ਤਰ੍ਹਾਂ ਦਾ ਰਿਹਾ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਰਨਤਾਰਨ ਮੰਡੀ ਵਿੱਚ 11 21 ਦਾ ਰੇਟ 2680 ਰੁਪਏ ਪ੍ਰਤੀ ਕਵਾਂਟਰਾ ਦੇ ਸੌ ਆਉਣਾ ਰਿਹਾ ਇਸ ਤੋਂ ਇਲਾਵਾ 17 18 ਜੋ ਕਿ 2440 ਰੁਪਏ ਸ੍ਰੀ ਅੰਮ੍ਰਿਤਸਰ ਸਾਹਿਬ 1718 ਜੋ ਕਿ 2470 ਰੁਪਏ 1121 2600 ਰੁਪਏ ਦਿਲਾਲਾਬਾਦ 1121 2280 ਰੁਪਏ ਫਰੋਜ਼ਪੁਰ 1718 2480 ਰੁਪਏ ਇਸ ਤੋਂ ਇਲਾਵਾ 1509 1800 ਰੁਪਏ ਜੇਕਰ ਗੱਲ ਕਰੀਏ 1121 ਝੋਨੇ ਦੀ ਤਾਂ 1121 2530 ਰੁਪਏ ਕੋਟਕਪੂਰਾ ਮੰਡੀ ਵਿੱਚ 1121 2600 ਤੋਂ ਲੈ ਕੇ 2650 ਰੁਪਏ 1509 1970 ਤੋਂ ਪਲੱਸ 1718 2375 ਰੁਪਏ ਖਨੋਰੀ ਮੰਡੀ ਦੇ ਵਿੱਚ 1121 2400 ਰੁਪਏ 17 18 2200 ਰੁਪਏ ਬਰਬਾਲਾ ਵਿੱਚ ਜੋ ਕਿ ਹਰਿਆਣਾ ਦੇ ਵਿੱਚ ਬਰਬਾਲਾ ਦੇ ਵਿੱਚ 1500 9 1900 ਰੁਪਏ ਫਤਿਹਪੁਰਬਾਦ ਵਿੱਚ 1500 9 1900 ਤੋਂ ਲੈ ਕੇ 1925 ਰੁਪਏ ਫਤੇਗੜ ਚੂੜੀਆਂ ਵਿੱਚ 1500 9 1790 ਰੁਪਏ 1121 2550 ਰੁਪਏ ਪਲੱਸ 17 18 2400 ਪਲੱਸ ਜੀਨ ਦੇ ਵਿੱਚ 1121 ਦਾ ਰੇਟ ਰਿਹਾ 2500 ਰੁਪਏ ਪਲੱਸ ਇਸ ਤੋਂ ਇਲਾਵਾ 1500 9 ਜੋ ਕਿ 1800 ਪਲੱਸ 17 18 2200 ਪਲੱਸ ਜਲਾਨਾ ਮੰਡੀ ਦੇ ਵਿੱਚ 11 21 ਦਾ ਰੇਟ 2500 ਰੁਪਏ ਕੈਂਥਲ 11 21 ਦਾ ਰੇਟ 2470 ਰੁਪਏ 1509 ਦਾ 1850 ਰੁਪਏ ਪਲੱਸ ਰਥੀ ਦੇ ਵਿੱਚ 1401 ਦਾ ਰੇਟ 2800 ਰੁਪਏ ਟੁਹਾਣੇ ਵਿੱਚ 11 21 ਦਾ ਰੇਟ ਜੋ ਕਿ 2200 ਰੁਪਏ ਚੀਕਾ ਮੰਡੀ ਦੇ ਵਿੱਚ 1401 ਚੋਨੇ ਦਾ ਰੇਟ ਜੋ ਕਿ 2500 ਰੁਪਏ ਕਰਨਾਲ ਮੰਡੀ ਦੇ ਵਿੱਚ 17 18 ਚੋਨੇ ਦਾ ਰੇਟ 2200 ਪਲੱਸ ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਇਸ ਤੋਂ ਲਾਵਾ ਪਾਣੀ ਪੱਤ ਦੇ ਵਿੱਚ 11 21 ਦਾ ਰੇਟ 2500 ਪਲੱਸ ਚਲ ਕੇ 17 18 ਚੋਂ ਨਿダ ਰੇਟ 2200 ਪਲੱਸ ਰਿਹਾ ਸੋ ਦੋਸਤੋ ਇਹ ਸੀ ਜਾਣਕਾਰੀ ਬਾਸਮਤੀ ਝੋਨੇ ਦੇ ਨਾਲ ਸੰਬੰਧਤ ਜੋ ਕਿ ਪੰਜਾਬ ਅਤੇ ਹਰਿਆਣੇ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਸੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਧੰਨਵਾਦ ਜੀ